ਬਿਸਮਿਲ੍ਲਾਹਿਰ-ਰਹਿਮਾਨ-ਰਹੀਮ। ਮੈਂ ਆਸਦ ਅਬਾਸ, ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਡੋਲਨਵਾਲ ਟੀਵੀ। ਦੋਸਤੋ, ਅਸੀਂ ਇੱਕ ਨਵੇਂ ਵਲਾਗ ਦੇ ਨਾਲ ਹਾਜ਼ਰ ਹੋਏ ਹਾਂ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀਆਂ ਪਿਛਲੀ ਵੀਡੀਓ ਦੀ ਤਰ੍ਹਾਂ ਇਹ ਵੀ ਵੀਡੀਓ ਸਾਡੀ ਪਸੰਦ ਆਏਗੀ। ਸਭ ਤੋਂ ਪਹਿਲੇ ਤਾਂ ਸਾਡੀ ਅੱਲਾਹ ਪਾਕ ਅੱਗੇ ਇਹ ਦੁਆ ਆ, ਸਾਡੀ ਰੱਬ ਸੋਹਣੇ ਅੱਗੇ ਇਹ ਦੁਆ ਆ ਕਿ ਸਾਡੇ ਉੱਤੇ ਆਪਣੀਆਂ ਰਹਿਮਤਾਂ ਦੇ ਮੀਂਹ ਵਰਸਾਉਂਦਾ ਰਹੇ ਅਤੇ ਸਾਡੇ 'ਤੇ ਆਪਣਾ ਕਰਮ ਨਾਜ਼ਲ ਕਰਦਾ ਰਹੇ। ਤਾਂ ਦੋਸਤੋ, ਸ਼ੁਰੂ ਕਰਦੇ ਹਾਂ ਅੱਜ ਦਾ ਵਲਾਗ। ਦੋਸਤੋ, ਸਾਡੀਆਂ ਫਸਲਾਂ ਨੂੰ ਪਾਣੀ ਦੀ ਜ਼ਰੂਰਤ ਸੀ, ਇਸ ਵਾਸਤੇ ਅਸੀਂ ਅੱਜ ਟਿਊਬਵੈੱਲ ਚਲਾਇਆ ਆ ਅਤੇ ਆਪਣੀਆਂ ਫਸਲਾਂ ਨੂੰ ਅਸੀਂ ਪਾਣੀ ਦੇ ਰਹੇ ਹਾਂ ਅਤੇ ਤੁਹਾਨੂੰ ਵੀ ਦਿਖਾ ਰਹੇ ਹਾਂ। ਪਿੰਡਾਂ ਦੇ ਵਿੱਚ ਇਹ ਮਾਹੌਲ ਜਿਹੜਾ ਆ ਬਹੁਤ ਹੀ ਸੋਹਣਾ ਨਜ਼ਾਰਾ ਪੇਸ਼ ਕਰਦਾ ਆ। ਦੇਖੋ, ਟਿਊਬਵੈੱਲ ਚੱਲ ਰਿਹਾ, ਹਰ ਤਰਫ ਹਰਿਆਲੀ ਹਰਿਆਲੀ ਹੈ, ਨਜ਼ਰ ਆ ਰਹੀ ਆ ਅਤੇ ਅਸੀਂ ਆਪਣੀਆਂ ਫਸਲਾਂ ਨੂੰ ਪਾਣੀ ਵੀ ਦੇਵਾਂਗੇ ਅਤੇ ਤੁਹਾਨੂੰ ਵੀ ਦਿਖਾਵਾਂਗੇ। ਅਤੇ ਥੋੜ੍ਹੀ ਜਿਹੀ ਜ਼ਮੀਨ ਸਾਡੀ ਲੈਵਲ ਹੋਣ ਵਾਲੀ ਆ, ਉਹਦੇ ਵਾਸਤੇ ਕੰਪਿਊਟਰ ਕਰਾ ਵਾਲੇ ਨੂੰ ਭਾਈ ਨੂੰ ਬੁਲਾਇਆ ਹੋਇਆ ਅਤੇ ਉਹ ਵੀ ਜ਼ਮੀਨ ਵੀ ਲੈਵਲ ਹੋ ਜਾਏਗੀ, ਫਿਰ ਉਹਦੇ ਵਿੱਚ ਵੀ ਫਸਲ ਦੀ ਬਿਜਾਈ ਕਰਨੀ ਆ। ਪਹਿਲੇ ਜਿਹੜੀ ਬਿਜਾਈ ਹੋਈ ਆ, ਫਸਲ ਬੀਜੀ ਹੋਈ ਆ, ਉਹਨੂੰ ਪਾਣੀ ਦੀ ਲੋੜ ਆ ਅਤੇ ਉਹਦੇ ਵਾਸਤੇ ਅਸੀਂ ਅੱਜ ਟਿਊਬਵੈੱਲ ਚਲਾਇਆ ਹੋਇਆ। ਅਤੇ ਦੋਸਤੋ, ਤੁਹਾਨੂੰ ਦਿਖਾਉਂਦੇ ਹਾਂ ਪੀਟਰ ਇੰਜਣ ਨਾਲ ਅਸੀਂ ਪਾਣੀ ਕਿਸ ਤਰ੍ਹਾਂ ਆਪਣੀਆਂ ਫਸਲਾਂ ਨੂੰ ਦੇ ਰਹੇ ਹਾਂ। ਥੋੜ੍ਹੀ ਜਿਹੀ ਜ਼ਮੀਨ ਸਾਡੀ ਜਿਹੜੀ ਆ ਉਹ ਥੋੜ੍ਹੀ ਜਿਹੀ ਇੱਕੋ ਜਿਹੀ ਨਹੀਂ ਸੀ, ਹਮਵਾਰ ਨਹੀਂ ਸੀ ਉਹਦੀ ਸਤਾ, ਉਹਦੇ ਵਾਸਤੇ ਹੁਣ ਅਸੀਂ ਕੰਪਿਊਟਰ ਕਰਾਹ ਜਿਹੜਾ ਉਹ ਇਸਤੇਮਾਲ ਕਰ ਰਹੇ ਹਾਂ। ਇਹ ਕੰਪਿਊਟਰ ਕਰਾਹ ਦੇ ਨਾਲ ਜ਼ਮੀਨ ਦੀ ਸਤਾ ਜਿਹੜੀ ਆ ਉਹ ਹਮਵਾਰ ਹੋ ਜਾਂਦੀ ਆ ਅਤੇ ਫਿਰ ਪਾਣੀ ਲਾਉਣ ਦੇ ਵਿੱਚ ਆਸਾਨੀ ਰਹਿੰਦੀ ਹੈ ਸਾਨੂੰ। ਇਸ ਲਈ ਅੱਜ ਇਹ ਕੰਪਿਊਟਰ ਕਰਾਹ ਦੇ ਨਾਲ ਜ਼ਮੀਨ ਦੀ ਜਿਹੜੀ ਆ ਉਹ ਲੈਵਲਿੰਗ ਹੋ ਰਹੀ ਆ।
ਮਾਸ਼ਾਅੱਲਾ ਜੀ ਸਾਡੀ ਮਕਈ ਦੀ ਫਸਲ ਤੁਹਾਨੂੰ ਦਿਖਾਈ ਸੀ ਜਦੋਂ ਅਸੀਂ ਕਾਸ਼ਤ ਕਰ ਰਹੇ ਸੀ, ਹੁਣ ਮਾਸ਼ਾਅੱਲਾ ਅੱਛੀ ਹੋ ਗਈ ਆ ਫਸਲ। ਉਦਣ ਜਿਸ ਦਿਨ ਉਹਨੂੰ ਦਵਾਈ ਪਾ ਰਹੇ ਸੀ ਉਹ ਵੀ ਤੁਹਾਨੂੰ ਦਿਖਾਇਆ ਸੀ, ਹੁਣ ਦੇਖ ਲਓ ਮਾਸ਼ਾਅੱਲਾ ਦਾ ਰੰਗ ਵੀ ਬੜਾ ਪਿਆਰਾ ਹੋ ਗਿਆ ਅਤੇ ਫਸਲ ਵੀ ਮਾਸ਼ਾਅੱਲਾ ਅੱਛੀ ਹੋ ਗਈ ਆ। ਜਿਹੜੀ ਇਹਨੂੰ ਕੀੜੀ ਵਗੈਰਾ ਲੱਗੀ ਸੀ ਉਹ ਵੀ ਖਤਮ ਹੋ ਗਈ ਦਵਾਈ ਪਾਉਣ ਦੀ ਵਜ੍ਹਾ। ਸਾਰੀ ਜ਼ਮੀਨ ਜਿਹੜੀ ਆ ਉਹ ਤੁਹਾਨੂੰ ਇੱਕ ਜਿਹੀ ਨਜ਼ਰ ਆ ਰਹੀ ਹੋਏਗੀ। ਅਸੀਂ ਉਮੀਦ ਕਰਦੇ ਹਾਂ ਦੋਸਤੋ ਤੁਹਾਨੂੰ ਸਾਡਾ ਅੱਜ ਦਾ ਜਿਹੜਾ ਵਲਾਗ ਆ ਪਸੰਦ ਆਇਆ ਹੋਏਗਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਕਮੈਂਟਸ ਕਰਕੇ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿੰਝਦੀ ਲੱਗੀ, ਅਤੇ ਦੋਸਤਾਂ ਨਾਲ ਸ਼ੇਅਰ ਵੀ ਕਰੋ ਅਤੇ ਲਾਈਕ ਵੀ ਕਰੋ। ਬਹੁਤ ਬਹੁਤ ਸ਼ੁਕਰੀਆ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।